10 ਦਿਨ ਦੇ ਸਾਥ ਆਇਆ ਓਕੇ ਜਿਸ ਤਰ੍ਹਾਂ ਵੀ ਐਕਟਰ ਬੰਦੇ ਵੀ ਅਗਰ ਮਿਹਨਤ ਕਰ ਲੱਗ ਜਾਣ ਹਨਾ ਪੈਲਸ ਦੇ ਵਿੱਚ ਵਗੈਰਾ ਦਿਹਾੜੀ ਕਰ ਲੱਗ ਜਾਂਦਾ ਕਿੱਦਾਂ ਉਹ ਵੀ ਵੇਟਰ ਦਾ ਕੰਮ ਕਰਦੇ ਹੁੰਦਾ ਕਿੱਦਾਂ ਸਭ ਤੋਂ ਪਹਿਲਾਂ ਮੇਨ ਮਿੱਤਰ ਭਾਅ ਜੀ ਦਾਰੂ ਬਤਾ ਰਹੇ ਉੱਥੇ ਕਿਵੇਂ ਹੋਏ ਹੋਏ ਮੈਂ ਕਿਹਾ ਵਾਰੀ ਬਰਸੀ ਖੱਟਣ ਗਿਆ ਸੀ ਆਹ ਖੜ ਖੜ ਕੇ ਲਿਆਂਦੀ ਟੱਲੀ ਮੈਂ ਕਿਹਾ ਆਜੋ ਜਨਤਾ ਮੈਂ ਤਾਂ ਸਾਰਿਆਂ ਨੂੰ ਕਰ ਦੂੰ ਟੱਲੀ ਮੈਂ ਆਜੋ ਲੱਲੀ ਛੱਲੀ ਮੈਂ ਕਿਹਾ ਉੱਤੇ ਪਾਈ ਬੈਠਾ ਪੱਲੀ ਵਾਲੇ ਚੱਕਦੀ ਆਜੋ ਦੇਖੇ ਸ਼ਾਹਰੁਖ ਖਾਨ ਭਾਈ ਠੰਡੇ ਬਤਾਉਂਦੇ ਬੰਦੇ ਨਾ ਮੈਂ ਉਂਗੋ ਕਾ ਨਾ ਮੈਂ ਬੋਲਾ ਇਹ ਨਾ ਮੈਂ ਉਂਗੋ ਕਾ ਨਾ ਮੈਂ ਬੋਲਾ ਕਿਉਂਕਿ ਮੇਰੇ ਪਾਸ ਠੰਡਾ ਮਤਲਬ ਕੋਕਾ ਕੋਲਾ ਕੋਕਾ ਕੋਲਾ ਪੀਦੇ ਨਾ ਪੀਣੇ ਆਂਟੀ ਚਾਚੀ ਭਾਈ ਇਹ ਭਾਈ ਸਾਹਿਬ ਪੀਏ ਨਾ ਪਲੀਜ਼ ਪੀ ਪੀ ਪ੍ਰੇਮ ਦੇਖੇ ਗੁਰਪ੍ਰੀਤ ਘੁੱਗੀ ਭਾਈ ਦਾ ਤਾਂ ਵਾਜ ਉਹਨੂੰ ਪਿਆਸ ਲੱਗੀ ਚੱਕਰ ਉਹਦਾ ਪੀਤਾ ਰੱਬ ਦਾ ਵਾਸਤਾ ਨਾ ਠੰਡਾ ਨਾ ਤੱਤਾ ਨਾ ਗੋਲੀ ਵਾਲਾ ਬੱਤਾ ਹੋਇਆ ਹੈ ਕੀ ਬੱਕ ਬੱਕਾ ਜਿਹਾ ਮਿਲਦਾ ਦਿਮਾਗ ਨੂੰ ਚੜ ਗਿਆ ਬੜਾ ਹੋਰ ਹੀ ਪਿੱਛੇ ਕਿਤੇ ਸਿੱਧੂ ਭਾਅ ਜੀ ਖੜੇ ਸੀ ਉਹ ਕਿੱਦਾਂ ਓਏ ਗੁਰੂ ਆਖੋ ਮੈਨੂੰ ਉਤਰ ਜਾ ਉਸੇ ਸ਼ਵਾਬ ਕਹਿੰਦੇ ਆਦਮੀ ਕੋਲੋਂ ਮਾਰ ਰਹੇ ਉਸੇ ਸ਼ਰਾਬ ਕਹਿੰਦੇ ਹੈ ਉਹ ਜਿਸੇ ਤੂੰ ਕੱਟ ਕੱਟ ਕਰਕੇ ਪੀ ਗਿਆ ਉਸੇ ਪਿਸ਼ਾਬ ਕਹਿੰਦੇ ਤੂੰ ਸੋਕੋ ਦਾ ਇੱਕ ਹੁਣ ਅੱਛਾ ਇਹਨਾਂ ਨੇ ਦੇਖਿਆ ਕਿ ਉੱਥੇ ਐਂਕਰਿੰਗ ਕਰ ਰਹੇ ਸੀ ਜੀਤ ਭਾਅ ਜੀ ਜੀਤ ਪੈਂਚਰ ਵਾਲੇ ਕਿੱਦਾਂ ਮੈਂ ਕਿਹਾ ਤਾਂ ਕਮਾਲ ਹੋ ਗਿਆ ਧੋਤੀ ਪਾੜ ਕੇ ਰੁਮਾਲ ਹੋ ਗਿਆ ਮੇਰੀ ਬੇਨਤੀ ਹੈ ਸਾਡੇ ਵੇਟਰੀ ਵੀਰਾਂ ਨੂੰ ਆ ਚਟਨੀ ਵਾਲੀਆਂ ਪਲੇਟਾਂ ਚੱਕ ਦਿਓ ਬਈ ਸਾਡੇ ਭੰਗੜਾ ਦੇ ਮੁੰਡੇ ਤੇ ਬਾਰੀ ਬਾਰੀ ਚਾਰ ਦੇ ਦਿੱਤੇ ਆ ਲਓ ਹੁਣ ਤੁਹਾਡੇ ਸਾਹਮਣੇ ਪੰਜਾਬ ਦੀ ਬੰਦ ਅਮਰਾ ਮਤਲਬ ਬੁਲੰਦ ਆਵਾਜ਼ ਜਨਾਬ ਮੁਹੰਮਦ ਸਦੀਕ ਅਬ ਸਦੀਕ ਹੁਣ ਸਦੀਕ ਸਾਹਿਬ ਆ ਗਏ ਕਿੱਦਾਂ ਗਾਣਾ ਗਾ ਰਹੇ ਹੈਲੇ ਹੈਲੇ ਸਭ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਲੈ ਭੈਣਾਂ ਬੈਠੀਆਂ ਨੇ ਵੀਰ ਬੈਠੇ ਨੇ ਹੈ ਮੈਗ ਸੈੱਟ ਕਰ ਲਾ ਛੋਟੀ ਭੈਣ ਮੈਗ ਚ ਕ੍ਰਾਂਤ ਆ ਗਿਆ ਹੁਣ ਕਿੱਦਾਂ ਗਾ ਰਹੇ ਸਬਜ਼ੀ ਦੇ ਗਾਣਾ ਕਾਲੀ ਕਾਲੀ ਯਾਰ ਬੀਲੇ ਬਾਵੇ ਵਿੱਚ ਬਾਗੇ ਕਾਲੀ ਕਾਲੀ ਯਾਰ ਬੀਲੇ ਬਾਵੇ ਵਿੱਚ ਬਾਗੇ ਇਹਨੂੰ ਚੰਗੀ ਤਰ੍ਹਾਂ ਗਾਰੀ ਲੈ ਦਵਾਂਦੇ ਨੇ ਹਲੀ ਕੀ ਬਚ ਕੇ ਹਾਨਣੇ ਲੇਕਿਨ ਇਹਨਾਂ ਮਿੱਤਰਾਂ ਦੇ ਅੰਬਨੇ ਹਲੀ ਕੀ ਬਚ ਕੇ ਹਾਨਣੇ ਹੁਣ ਇਹਨਾਂ ਨੂੰ ਦੇਖੇ ਕਨਵਰ ਭਾਜੀ ਵੀ ਉੱਥੇ ਆਏ ਸੀ ਕਿਤੇ ਤੇ ਉਹਨਾਂ ਨੇ ਹਨੀ ਸਿੰਘ ਨੂੰ ਬੁਲਾਇਆ ਸੀ ਹਨੀ ਸਿੰਘ ਕਿਤੇ ਮਿਲਿਆ ਉਹਨਾਂ ਨੂੰ ਮੌਕੇ ਤੇ ਕਨਵਰ ਭਾਜੀ ਨੂੰ ਚੜਾਦਾ ਸਟੇਜ ਤੇ ਕਿਤੇ ਰੈਪ ਕਰ ਰੈਪ ਕਰਨ ਦੇ ਲਈ ਹੁਣ ਕਿੱਦਾਂ ਕਰੇ ਸੱਚੇ ਕਹਿੰਦਾ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਨੂੰ ਜੈ ਮਸਤਾ ਦੀ ਜੈ ਸਾਂਝਾ ਦੀ ਇਹ ਜਿਹੜਾ ਗਾਣਾ ਮੈਨੂੰ ਕਹਿੰਦੇ ਆ ਮੈਂ ਕਦੇ ਨਹੀਂ ਗਾਇਆ ਸੌਂ ਖਾ ਕੇ ਕਹਿੰਦਾ ਲਾਈਟ ਮੱਥੇ ਲੱਗਦੀ ਲਾਈਟ ਦੀ ਸੌਂ ਲੱਗੇ ਮੈਂ ਨਹੀਂ ਗਾਇਆ ਇਹ ਮੈਨੂੰ ਰੈਪ ਕਰਨ ਨੂੰ ਕਹਿੰਦੇ ਆ ਮੈਂ ਨਹੀਂ ਕਦੇ ਕੀਤੀ ਪਰ ਮੈਂ ਆਪਦੇ ਤਰੀਕੇ ਨਾਲ ਹਨੀ ਸਿੰਘ ਦਾ ਰੈਪ ਕਰ ਦਿੰਦਾ ਹੁਣ ਰੈਪ ਕਿੱਦਾਂ ਕਰਦੇ ਆ ਲੱਗਦੀ ਮੈਨੂੰ ਜਿਵਾ ਅੱਬਰਾ ਦੀ ਕੀਨ ਮਿੱਠੀਆਂ ਗੱਲਾਂ ਕਰ ਗੁੜੀ ਨਮਕੀਨ ਆ ਜਾ ਤੂੰ ਮੇਰੇ ਕੋਲ ਮੰਦੇ ਨੈਣਾ ਤੂੰ ਸੋ ਚਾਹਤ ਕੇ ਮੌਤ ਗੋ ਨੀ ਬਿਬਾਨ ਆ ਸੱਚੀ ਕਰਨਾ ਇੰਨਾ ਕੇ ਕਬੂਲ ਕਰੋ ਜੀ ਹੁਣ ਉਸ ਤੋਂ ਬਾਅਦ ਦੇਖਿਆ ਕਿ ਨਾਲ ਦੀ ਨਾਲ ਹਰਭਜਨ ਮਾਨ ਭਾਜੀ ਵੀ ਆਏ ਸੀ ਕਿਤੇ ਹਨਾ ਉਹਨਾਂ ਨੂੰ ਬੁਲਾ ਕੇ ਉਹ ਯਾਰ ਖੜ ਜਾਓ ਗਾ ਦਿੰਦਾ ਯਾਰ ਬਈ ਧੱਕਾ ਕਦੋਂ ਮਾਰਦੇ ਯਾਰ ਐਂ ਕਰਦੇ ਕਾਲੀ ਕਿਤੇ ਹਰਭਜਨ ਮਾਨ ਨਹੀਂ ਵੇਖਿਆ ਯਾਰ ਉਹੀ ਗੱਲ ਆ ਗੱਲ ਹੈ ਕੋਈ ਯਾਰ ਕੋਈ ਯਾਰ ਆ ਗੋਲੇ ਚੁੱਪਾ ਯਾਰ ਧੱਕਾ ਮਰੀ ਜਾਂਦਾ ਨਾ ਗਾਉਣੀ ਆਏ ਯਾਰ ਉਹ ਚਲੋ ਭਾਈ ਸਾਹਿਬ ਗਰਮ ਨਾ ਗਰਮ ਨਾ ਹੋਰ ਪਾਣੀ ਪਾ ਦੇ ਮੇਰੇ ਤੇ ਬਰਫਾਂ ਦਾ ਗਰਮ ਨਾ ਹੋ ਗਰਮ ਨਾ ਲਾਈ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਹਰਭਜਨ ਮਾਨ ਤੇ ਆਪਾਂ ਪ੍ਰੋਗਰਾਮ ਦਾ ਐਂਡ ਕਰਾਂਗੇ ਇੱਕ ਬੋਲੀ ਦੇ ਨਾਲ ਨਾ ਮੈਂ ਖਾਵਾਂ ਕੁਰਕਰੇ ਸੋਣੀਏ ਨਾ ਮੈਂ ਖਾਵਾਂ ਕਿਲੇ ਹਾਏ ਨਾ ਮੈਂ ਖਾਵਾਂ ਕੁਰਕਰੇ ਸੋਣੀਏ ਨਾ ਮੈਂ ਖਾਵਾਂ ਕਿਲੇ ਆ ਸੁਣਿਆ ਵੇ ਜੱਗ ਜਾਂਦਿਆਂ ਦੇ ਮੇਲੇ ਸੁਣਿਆ ਵੇ ਜੱਗ ਜਾਂਦਿਆਂ ਦੇ ਮੇਲੇ ਆ ਤੱਕਾ ਫੇਰ ਮਾਤਾ ਮਾਤ ਕਰੋ ਯਾਰ ਥੈਂਕ ਯੂ ਥੈਂਕ ਯੂ